ਪਿਛਲੇ ਦਿਨੀ ਪਿੰਡ ਸਿਧਵਾਂ ਪੋਲਟਰੀ ਫਾਰਮ ਦਾ ਮਾਲਕ ਅਜੈਬ ਸਿੰਘ ਦਾ ਕਤਲ ਹੋ ਗਿਆ ਸੀ। ਇਸ ਦੀ ਜਾਂਚ ਕਰ ਰਹੇ SP ਹਰਵਿੰਦਰ ਸਿੰਘ, DSP ਮਨਜੀਤ ਸਿੰਘ ਅਤੇ SHO ਮਨਜੀਤ ਸਿੰਘ ਥਾਣਾ ਧਾਲੀਵਾਲ ਬਰੀਕੀ ਨਾਲ ਜਾਂਚ ਕਰਕੇ ਕਾਤਲ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ। SHO ਮਨਜੀਤ ਸਿੰਘ ਨੇ ਦੱਸਿਆ ਕਿ ਕਾਤਲ ਦੇ ਬੇਟੇ ਦੇ ਸਕੂਲ ਵਿੱਚ ਨੰਬਰ ਘੱਟ ਆਏ ਸਨ। ਉਸਦਾ ਦਾਦਾ ਉਸ ਨੂੰ ਸਰਕਾਰੀ ਸਕੂਲ ਵਿੱਚ ਐਡਮਿਸ਼ਨ ਕਰਵਾਉਣਾ ਚਾਹੁੰਦਾ ਸੀ ਅਤੇ ਕਾਤਲ ਜਸਵੰਤ ਸਿੰਘ ਆਪਣੇ ਬੇਟੇ ਦੀ ਐਡਮਿਸ਼ਨ ਪ੍ਰਾਈਵੇਟ ਸਕੂਲ ਵਿੱਚ ਕਰਵਾਉਣਾ ਚਾਹੁੰਦਾ ਸੀ। ਇਸ 'ਤੇ ਅਜੈਬ ਸਿੰਘ ਅਤੇ ਜਸਵੰਤ ਸਿੰਘ ਦਾ ਤਕਰਾਰ ਹੋ ਗਿਆ ਅਤੇ ਜਸਵੰਤ ਸਿੰਘ ਨੇ ਰਾਤ ਨੂੰ ਮੌਕਾ ਦੇ ਕੇ ਆਪਣੇ ਹੀ ਪਿਤਾ ਅਜੈਬ ਸਿੰਘ ਦਾ ਕਤਲ ਕਰ ਦਿੱਤਾ। ਮਿਤੀ 18/3 ਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਅਜੈਬ ਸਿੰਘ ਸਾਨੂੰ ਮੂਲਾ ਸਿੰਘ ਵਾਸੀ ਪਿੰਡ ਸਿਧਵਾਂ ਜੋ ਵਾਰ ਵਾਰ ਡੇਰਿਆਂ 'ਤੇ ਰਹਿੰਦਾ ਹੈ ਅਤੇ ਰਾਤ ਪੋਲਟਰੀ ਫਾਰਮ 'ਤੇ ਵਾਰ ਵਾਰ ਸਤਾਇਆ ਸੀਗਾ ਅਤੇ ਉਹਨੂੰ ਕੋਈ ਨਾਮਨੂਮ ਵਿਅਕਤੀ ਜਿਹੜਾ ਤੇਜ਼ਧਾਰ ਹਥਿਆਰ ਦੀਆਂ ਸੱਟਾਂ ਮਾਰ ਕੇ ਸਿਰ ਵਿੱਚ ਅਤੇ ਗਲ ਘੁੱਟ ਕੇ ਉਹਦੀ ਮੌਤ ਕਰ ਦਿੱਤੀ ਹੈ। ਇਹਦੇ ਸੰਬੰਧ ਵਿੱਚ ਮੌਕੇ 'ਤੇ ਜਾ ਕੇ FIR ਦਰਜ ਕੀਤੀ ਸੀ ਅਤੇ ਜਿਹੜੀ ਤਫਤੀਸ਼ ਕੀਤੀ, ਇਸ ਤਫਤੀਸ਼ ਜਿਹੜੀ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ SP ਹਰਵਿੰਦਰ ਸਿੰਘ ਸੰਧੂ ਸਾਹਿਬ ਜੋ ਇਨਵੈਸਟੀਗੇਸ਼ਨ ਦੇ ਇੰਚਾਰਜ ਨੇ ਸਾਡੇ, ਉਹਨਾਂ ਦੀ ਅਗਵਾਈ ਵਿੱਚ DSP ਸਾਹਿਬ ਦਿਹਾਤੀ ਸਰਦਾਰ ਮਨਜੀਤ ਸਿੰਘ, ਇੰਸਪੈਕਟਰ CIA ਅਤੇ ਮੇਰੇ ਸਮੇਤ ਜਿਹੜੀ ਇਹ SIT ਗਸ਼ਟ ਕੀਤੀ ਸੀ ਉਹਦੇ ਸੰਬੰਧ ਵਿੱਚ ਆਪਾਂ ਇਹ ਸਾਰੀ ਬੜੀ ਬਰੀਕੀ ਨਾਲ ਛਾਣਬੀਣ ਕਰਕੇ ਅਤੇ 24 ਘੰਟਿਆਂ ਦੇ ਵਿੱਚ ਇਹ ਜਿਹੜਾ ਆਪਾਂ ਕਤਲ ਟਰੇਸ ਕਰ ਲਿਆ। ਇਹਦਾ ਪਹਿਲੂ ਇਹ ਨੇ ਕਿ ਜਿਹੜਾ ਮ੍ਰਿਤਕ ਅਜੈਬ ਸਿੰਘ ਦਾ ਲੜਕਾ ਹੈਗਾ ਰਜਵੰਤ ਸਿੰਘ, ਇਹ ਜਿਹੜਾ ਕੰਮਕਾਜ ਨਹੀਂ ਕੋਈ ਵੀ ਕਰਦਾ ਸੀ ਅਤੇ ਵਿਹਲੀ ਕਿਸਮ ਦਾ ਹੈਗਾ ਵਿਅਕਤੀ ਸੀ। ਇਹਦਾ ਇੱਕ ਲੜਕਾ ਸੀਗਾ ਜੋ 5ਵੀਂ ਜਮਾਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ 'ਚ ਪੜ੍ਹਦਾ ਸੀਗਾ ਅਤੇ ਜਿਹਦੇ ਰਿਜ਼ਲਟ ਵਿੱਚ ਜਿਹੜੇ 36% ਨੰਬਰ ਆਏ ਆ, ਜਿਹੜੇ ਕਿ 40% ਘੱਟੋ ਘੱਟ ਪਾਸ ਮਾਰਕਸ ਚਾਹੀਦੇ ਸੀਗੇ। ਇਸੇ ਤੋਂ ਹੀ ਘਰ ਵਿੱਚ ਤਕਰਾਰ ਹੋਇਆ ਕਿ ਜਿਹੜਾ ਬਾਬਾ ਕਹਿੰਦਾ ਸੀ ਮੈਂ ਹੁਣ ਇਹਨੂੰ ਪ੍ਰਾਈਵੇਟ ਸਕੂਲ 'ਚ ਨਹੀਂ ਪੜ੍ਹਾਉਣਾ, ਇਹਦੀ ਜਿਹੜੀ ਪੜ੍ਹਾਈ ਠੀਕ ਨਹੀਂ ਹੈ, ਅਤੇ ਜਿਹੜਾ ਇਹ ਦੋਸ਼ੀ ਹੈਗਾ ਉਹ ਕਹਿੰਦਾ ਸੀ ਵੀ ਮੈਂ ਆਪਣੇ ਬੱਚੇ ਨੂੰ ਆਪਣਾ ਫਿਊਚਰ ਬੱਚੇ ਦਾ ਖਰਾਬ ਨਹੀਂ ਕਰਨਾ ਚਾਹੁੰਦਾ, ਮੈਂ ਪ੍ਰਾਈਵੇਟ ਸਕੂਲ 'ਚ ਹੀ ਪੜ੍ਹਾਉਣਾ। ਇਸੇ ਗੱਲ ਤੋਂ ਹੀ ਇਹਨਾਂ ਦਾ ਤਕਰਾਰ ਚੱਲਦਾ ਰਿਹਾ ਅਤੇ ਜੋ ਇਹਨੇ ਪੁੱਛਗਿੱਛ 'ਚ ਕਬੂਲ ਕੀਤਾ ਵੀ ਮੈਂ ਰਾਤ ਸਮੇਂ ਕੋਈ 11 ਵਜੇ ਦਾਤਰ ਮਾਰ ਕੇ ਅਤੇ ਉਹਦੇ ਸਿਰ 'ਚ ਸੱਟਾਂ ਮਾਰ ਕੇ ਅਤੇ ਉਹ ਬਾਅਦ ਵਿੱਚ ਉਹਦਾ ਗਲਾ ਉਹਦੇ ਪਰਨੇ ਨਾਲ ਘੁੱਟ ਕੇ ਉਹਦੀ ਮੌਤ ਕਰ ਦਿੱਤੀ ਹੈ। ਉਹਨੂੰ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ, ਜਿਹੜਾ ਅਲਾ ਜਰਬ ਸੀਜਨ ਅਤੇ ਜੋ ਉਹਦੇ ਇਹਨੇ ਛੁਪਾ ਕੇ ਰੱਖੀਆਂ ਸੀਗੀਆਂ ਦਾਤਰ ਅਤੇ ਜਿਹੜੀ ਬਨੈਣ ਦੇ ਅਤੇ ਖੂਨ ਦੇ ਧੱਬੇ ਲੱਗੇ ਸੀ, ਛਿੱਟੇ ਪਏ ਸੀਗੇ, ਉਹ ਅਸੀਂ ਬਰਾਮਦ ਕਰ ਲਏ ਨੇ ਅਤੇ ਜਿਹੜਾ ਇਹਨੂੰ ਕੱਲ੍ਹ ਨੂੰ ਪੇਸ਼ ਅਦਾਲਤ ਕਰਾਂਗੇ। ਆਵਾਜ਼ ਕੰਮ TV ਲਈ ਧਾਲੀਵਾਲ ਤੋਂ ਬੰਦਰਗਾਹ ਰਣਜੀਤ ਸਿੰਘ ਦੀ ਰਿਪੋਰਟ।